ਕੋਈ ਨਾ ਕੋਈ ਸੂਰਮਾ ਪੈਦਾ ਹੋ ਜਾਂਦਾ ਉਹਦੇ ਪਰ ਦੋ ਪੈਗ ਲੱਗੇ ਹੁੰਦੇ ਫਿਰ ਕਹਿੰਦਾ ਹੁੰਦਾ ਮੈਂ ਆ ਗਿਆ ਟੋਪੀ ਲਈ ਕਿੱਥੇ ਹੈ
ਕੰਪਨੀ ਪਾਉਣੀ ਦਾਰੂ ਜਿੰਨੀ ਮਰਜ਼ੀ ਪੀਓ, ਸਾਰੀ ਦੁਨੀਆ ਦਾਰੂ ਪੀਂਦੀ ਆ, ਆਪਾਂ ਨੂੰ ਕੋਈ ਇਤਰਾਜ਼ ਨਹੀਂ। ਇੱਕ ਮੈਂ ਬੰਦਾ ਜਿਹੜੇ ਕਿ ਦਾਰੂ ਨਹੀਂ ਪੀਂਦਾ, ਮੈਂ ਉਦੋਂ ਪੀਂਦਾ ਜਦੋਂ ਕੋਈ ਮੇਰੇ ਘਰੇ ਆਇਆ ਗਿਆ ਹੋਵੇ, ਤੇ ਆਇਆ ਗਿਆ ਰੋਜ਼ ਰਹਿੰਦਾ। ਤੇ ਜੇ ਮੈਂ ਕਦੇ ਪੀ ਵੀ ਲਵਾਂ ਤੇ ਮੈਂ ਕਦੀ ਪੀ ਕੇ ਆਊਟ ਨਹੀਂ ਹੋਇਆ, ਤੇ ਜੇ ਮੈਂ ਕਦੇ ਆਊਟ ਹੋ ਵੀ ਜਾਵਾਂ ਤੇ ਮੈਂ ਕਦੀ ਡਿੱਗਿਆ ਨਹੀਂ, ਤੇ ਜੇ ਮੈਂ ਕਦੇ ਡਿੱਗ ਵੀ ਪਾ ਤੇ ਮੈਂ ਕਦੀ ਨਾਲੀ ਵਿੱਚ ਨਹੀਂ ਡਿੱਗਿਆ, ਤੇ ਜੇ ਮੈਂ ਕਦੇ ਨਾਲੀ ਵਿੱਚ ਡਿੱਗ ਵੀ ਪਾ ਤੇ ਮੈਂ ਕਦੀ ਕੁੱਤੇ ਨੂੰ ਆਪਣਾ ਮੂੰਹ ਨਹੀਂ ਚੱਟਣ ਦਿੱਤਾ, ਤੇ ਜੇ ਕਿਤੇ ਕੁੱਤਾ ਮੇਰਾ ਮੂੰਹ ਚੱਟ ਵੀ ਜਾਵੇ ਤੇ ਮੈਂ ਕਦੀ ਕੁੱਤੇ ਨੂੰ ਕੁਝ ਨਹੀਂ ਕਿਹਾ, ਕਿਉਂਕਿ ਮੇਰੇ ਆਪਣੇ ਕੁੱਤੇ ਫੇਲ ਹੁੰਦੇ ਹੈ। ਲਓ ਤੁਹਾਡੀ ਸੇਵਾ ਲੈ ਕੇ ਰਹੇ ਹਿੰਦੂ ਗਾਣੇ, ਅਮਰ ਸਿੰਘ ਜੀ ਚਮਕੀਲਾ, ਵਿਵਾਹ ਅਮਰਜੋਤ ਜੀ, ਤਾੜੀ ਮਾਰ ਦੇ ਖੁੱਲ ਕੇ ਜਾਵਾ ਬੱਲੇ ਮੇਰੇ ਉਮਰ। ਬਖਸ਼ਣ ਹਾਰਦਾ ਮੈਂ ਨਹੀਂ
ਕਿਸੇ ਤੋਂ ਹਾਰਦਾ ਮੈਨੂੰ ਚੋਚੀ ਜਦੋਂ ਚਲਾਉਂਦੇ ਨੇ ਮੈਂ ਚੁਣ ਚੁਣ ਵੈਰੀ ਮਾਰਦਾ ਮੈਂ ਤੀਰ ਸੱਚੀ ਸਰਕਾਰ ਦਾ ਤੀਰ ਸੱਚੀ ਸਰਕਾਰ ਦਾ ਧੰਨਵਾਦ ਮੈਂ ਕੱਲ ਕੀ ਕਰਦੀ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਪ੍ਰਗਟ ਜਾ ਤੁਹਾਡੇ ਵਾਲਾ ਬੱਲੇ ਜਿਹੜੇ ਬੱਲੇ 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 ਉਹ ਤਾਰੀ ਖੋਲ ਕੇ ਮਾਰਦੇ ਸ਼ਾਬਾਸ਼ ਲਓ ਉਸ ਤੋਂ ਪਹਿਲਾਂ ਬੇਨਤੀ ਤੇ ਮੇਰੀ ਹੋ ਗਈਆਂ ਖਤਮ ਹੋ ਗਈਆਂ ਬੇਨਤੀ ਹੁਣ ਇੱਕ ਮੇਰੀ ਬੇਨਤੀ ਹੋਰ ਹੈ ਵੀ ਰਾਮ ਨਾਲ ਬੈਠੋ ਖੜੇ ਨਾ ਹੋਵੋ ਰਾਮ ਨਾਲ ਬਹਿ ਜਾਓ ਤੇ ਬੇਨਤੀ ਹੈ ਵੀ ਗਾਣੇ ਸੁਣੋ ਬੜੇ ਪਿਆਰ ਨਾਲ ਜਿੰਨੇ ਸੁਣਨੇ ਆ ਖੱਪ ਨਹੀਂ ਪਾਉਣੀ ਕਿਸੇ ਨੇ ਬਿਲਕੁਲ ਖੱਪ ਨਹੀਂ ਪਾਉਣੀ ਆਹ ਬੰਦਾ ਖੱਪ ਆਊਗਾ ਇੱਕ ਬਸ ਕਲਾਇਆ ਟੰਗੂ ਰਾਮ ਦਾ ਪੁੱਤਰ ਮਾਂਗੂ ਰਾਮ ਅਜੇ ਕਿਹੜੀ ਬੰਬੇ ਚੱਲ ਗਏ ਕਹਿੰਦਾ ਟੱਕਰ ਜੀ ਮੈਂ ਕਹਾਂ ਜੀ ਕਹਿੰਦਾ ਕਿਹੜਾ ਇਸ਼ਾਰਾ ਮੈਂ ਕਿਹਾ ਬੰਬੇ ਆ ਕਹਿੰਦਾ ਗਰਮੀ ਬੜੀ ਮੈਂ ਕਿਹਾ ਫੇਰ ਕਹਿੰਦਾ ਆਪਾਂ ਨਹਾ ਕੇ ਆਉਂਦੇ ਮੈਂ ਕਿੱਥੇ ਕਹਿੰਦਾ ਸਮੁੰਦਰ ਦੇ ਕੰਢੇ ਤੇ ਮੈਂ ਕਿਹਾ ਮੈਂ ਨਹੀਂ ਜਾਣਾ ਕਹਿੰਦਾ ਕਿਉਂ ਮੈਂ ਕਿਹਾ ਉੱਥੇ ਪਾਣੀ ਬੜੇ ਮੈਂ ਡੁੱਬ ਜਾਊਂਗਾ ਕਹਿੰਦਾ ਨਹੀਂ ਡੁੱਬਦਾ ਚੱਲ ਮੇਰੇ ਨਾਲ ਮੈਂ ਜਾਗਾ ਚੱਲ ਬਾਈ ਇਹ ਤੇ ਮੈਂ ਚੱਲ ਗਏ ਨਹਾਉਣ ਵਾਸਤੇ ਸਾਡੇ ਜਾਣ ਤੋਂ ਪਹਿਲਾਂ ਉੱਥੇ ਕੁਝ ਗੋਰੀਆਂ ਤੇ ਗੋਰੇ ਯਾਨੀ ਕਿ ਮੇਮਾ ਤੇ ਮੇਮਣੀਆਂ ਉੱਥੇ ਨਹਾਉਂਦੇ ਸੀ ਕਹਿੰਦਾ ਆਹ ਗੱਲ ਬਣ ਗਈ ਮੈਂ ਕੀ ਗੱਲ ਬਣ ਗਈ ਕਹਿੰਦਾ ਮੇਮਾ ਮੈਂ ਕਿਹਾ ਫਿਰ ਮੈਂ ਕੀ ਕਰਾਂ ਕਹਿੰਦਾ ਮੈਂ ਤੇ ਕਰਨਾ ਮੈਂ ਕਿਹਾ ਤੂੰ ਕੀ ਕਰਨਾ ਕਹਿੰਦਾ ਮੈਂ ਮੇਮਾ ਨਾਲ ਗੱਲ ਕਰਨੀ ਹੈ ਮੈਂ ਕਿਹਾ ਨਾ ਕਹਿੰਦਾ ਕਿਉਂ ਮੈਂ ਕਿਹਾ ਮੇਮਾ ਅੰਗਰੇਜ਼ੀ ਬੋਲਦੀਆਂ ਤੈਨੂੰ ਅੰਗਰੇਜ਼ੀ ਆਉਂਦੀ ਨਹੀਂ ਕਹਿੰਦਾ ਅੰਗਰੇਜ਼ੀ ਆਉਂਦੀ ਹੈ ਮੈਂ ਆਉਂਦੀ ਮੈਨੂੰ ਬੜਾ ਟਰਾਈ ਦੇ ਕਹਿੰਦਾ ਲੈ ਲੈ ਮੈਂ ਕਿਹਾ ਜੇ ਮੇਮ ਨੂੰ ਕਹਿਣਾ ਹੋਵੇ ਉੱਥੋਂ ਇੱਥੇ ਆ ਕੀ ਕਹਿੰਦੇਗਾ ਕਹਿੰਦਾ ਮੈਂ ਕਹਾਂਗਾ ਦਮ ਹੇਰ ਮੈਂ ਕਿਹਾ ਠੀਕ ਹੈ ਤੇ ਮੈਂ ਕਿਹਾ ਜੇ ਮੇਮ ਨੂੰ ਕਹਿਣਾ ਹੋਵੇ ਇੱਥੋਂ ਉੱਥੇ ਜਾ ਫੇਰ ਕਹਿੰਦਾ ਫੇਰ ਉੱਥੋਂ ਨੂੰ ਮੈਂ ਜਾਣ ਹੀ ਕਿਉਂ ਦਿਆਂਗਾ ਮੈਂ ਕਿਹਾ ਮਨ ਕਿਹਾ ਤੇਰੀ ਸਕੀਮ ਹੋਏਗੀ ਇੱਕ ਬਸ ਆ ਗਈ ਮੇਮਾ ਚੜ ਗਈ ਆ ਇਹ ਜਾ ਕੇ ਇੱਕ ਮੇਮ ਦੇ ਨਾਲ ਜਾ ਕੇ ਬਹਿ ਗਿਆ ਮੈਂ ਜਾ ਕੇ ਤੇ ਮਗਰ ਬਹਿ ਗਿਆ ਦੋ ਕੁ ਮਿੰਟ ਬੀਤੇ ਨੇ ਆਪਣਾ ਕੰਮ ਸ਼ੁਰੂ ਕਰਤਾ ਹੋਰ ਜੀ ਆਪਣੀ ਕੁੜੀ ਚੱਕੀ ਮੇਮ ਦੀ ਗੋਰੀ ਗੋਰੀ ਬਾਹਰ ਕੁੜੀ ਫੇਰਨੀ ਸ਼ੁਰੂ ਕਰਤੀ ਮੇਮ ਕਹਿੰਦੀ ਸ਼ਟ ਅਪ ਮੈਂ ਕਿਹਾ ਸੁਣਾ ਵੀ ਤੈਨੂੰ ਮੇਮ ਨੇ ਕੀ ਆਖਿਆ ਕਹਿੰਦਾ ਮੈਨੂੰ ਕਹਿੰਦੀ ਸਤਿ ਸ੍ਰੀ ਅਕਾਲ ਮੈਂ ਕਿਹਾ ਮੰਨ ਗਿਆ ਤੇਰੀ ਅੰਗਰੇਜ਼ੀ ਦੋ ਕੁ ਮਿੰਟ ਹੋਰ ਬੀਤੇ ਇਹਨੇ ਫਿਰ ਆਪਣਾ ਕੰਮ ਸ਼ੁਰੂ ਕੀਤਾ ਆਪਣੀ ਹੋਲੀ ਜੀ ਖੂਨੀ ਚੱਕੀ ਮੇਮ ਦੀ ਗੋਰੀ ਗੋਰੀ ਬਾਹਰ ਕਰਾ ਮਾਰਦੀ ਖੂਨੀ ਮੇਮ ਕਹਿੰਦੀ ਨਾਨ ਸੈਂਸ ਮੈਂ ਕਿਹਾ ਹੁਣ ਕੀ ਕਹਿੰਦੀ ਆ ਕਹਿੰਦਾ ਰਾਤੀ 9 ਵਜੇ ਦਾ ਟਾਈਮ ਦਿੰਦੀ ਲੈਣਾ ਮੈਂ ਕਿਹਾ ਲੈ ਲੈ ਸਾਡਾ ਟਿਕਾਣਾ ਹੈਗਾ ਮੈਂ ਚੱਲ ਵੀ ਕਿਤੇ ਚੱਲ ਪਏ ਸੀ ਗੋਦ ਪੁੱਤਰ ਕਿੱਦਾਂ ਸੀ ਗੋਡਾ ਮਾਤਾ ਅੱਠਾ ਕਰਕੇ ਮੇਮ ਦੇ ਮੇਮ ਕਹਿੰਦੀ ਡੋਂਟ ਟੱਚ ਮੀ ਮੈਂ ਕਿਹਾ ਹੁਣ ਕੀ ਕਹਿੰਦੀ ਆ ਕਹਿੰਦਾ ਹੁਣ ਕਹਿੰਦੀ ਕੰਮ ਟੇਕਿਆ ਮੈਂ ਕਿਹਾ ਤੂੰ ਤੇ ਟਿਕਾਣਾ ਮੇਰੀ ਖੈਰ ਹੈ ਮੈਂ ਹੁਣ ਤੁਹਾਡੀ ਸੇਵਾ 'ਚ ਲੈ ਕੇ ਆਉਣਾ ਦੁਬਾਰੇ ਅੰਮ੍ਰਿਤ ਦੀ ਚਮਕੀਲਾ ਬੇਬਾਮਰੂ ਜੀ ਤਾੜੀ ਮਾਰਦੇ ਸ਼ਾਬਾਸ਼ ਲਵੇ ਮੈਨੂੰ ਹੁਕਮ ਹੋ ਗਿਆ ਆਪਾਂ ਬਾਬਾ ਜੀ ਦਾ 10 ਮਿੰਟ ਲਗਾਤਾਰ ਨਾਮ ਜਪ ਲਿਆ ਜਿਸ ਬਾਬਾ ਜੀ ਦੀ ਪਰ ਕਿਰਪਾ ਦੇ ਨਾਲ ਜਿਹੜੇ ਘਰ ਵਾਲਿਆਂ ਨੇ 4-5 ਹਜ਼ਾਰ ਰੁਪਏ ਖਰਚ ਕੇ ਤੁਹਾਡੀ ਸੇਵਾ 'ਚ ਕਲਾਕਾਰ ਪੇਸ਼ ਕੀਤੇ ਆ ਆਪਾਂ ਵੀ 4 ਘੜੀ ਹੱਥ ਖੇਡਣ ਵਾਸਤੇ ਇੰਨੀਆਂ ਰੂਹਾਂ ਇੱਥੇ ਇਕੱਤਰ ਹੋਈਆਂ ਹੱਥ ਖੇਡਣ ਦੀ ਗੱਲ ਤਾਂ ਗੁਰਬਾਣੀ ਵੀ ਕਹਿੰਦੀ ਹੈ ਬਈ ਨੱਚਣ ਕੁੱਦਣ ਮਰਕਾ ਚਾਓ ਸੋ ਵੀਰੇ ਮੇਰੀ ਬੇਨਤੀ ਹੈ ਮੈਂ ਇੱਕ ਬਿਲਕੁਲ ਨਵੇਂ ਐਲ ਪੀ ਦੇ ਵਿੱਚੋਂ ਪਹਿਲਾਂ ਗੀਤ ਸ਼ੁਰੂ ਕਰਨ ਲੱਗੇ ਇੱਕ ਤਾਂ ਜਹਾਜ਼ ਬਹੁਤ ਆਉਂਦੇ ਗੀਤ ਅਸੀਂ ਗਾ ਰਹੇ ਹਾਂ ਉਸ ਗੀਤ ਦੇ ਨਤੀਜੇ ਵੱਲ ਧਿਆਨ ਤੁਸੀਂ ਰੱਖਣਾ ਬਿਲਕੁਲ ਨਵਾਂ ਆ ਜਾਓ ਨਹਾ ਬਣਾ ਕੇ ਬੇਬੇ ਦੇ ਸਾਹਮਣੇ ਪੇਸ਼ ਕਰ ਦੇਣਾ ਚੱਕ ਬੇਬੇ ਆਪਣੀ ਨੂੰਹ ਆ ਗਈ ਤੇਰੀ
ਔਰ ਬੁੜੀ ਅੱਗੇ ਟੰਬਾ ਚੱਕ ਲੈਂਦੀ ਹੈ ਯਾਰ ਸੁਣ ਵਾਲੀ ਹੈ ਮੁੱਠੀ ਘੋੜੀ ਲਾਲ ਲਗਾਮਾ ਨਾ ਕੋਈ ਜੋੜਾ ਨਾ ਕੋਈ ਜਾਮਾ ਮੂੰਹ ਵਿੱਚ ਦੰਦ ਨਹੀਂ ਬੋੜੀ ਲਾੜੀ ਵੇ ਤੈਨੂੰ ਵਿਆਹ ਦੀ ਕੀ ਸੀ ਕਾਹਲੀ ਤੈਂ ਖਾਰਦਾਨ ਦੀ ਇੱਜ਼ਤ ਮਿੱਟੀ ਪਾ ਦਿੱਤੀ ਫਿੱਟ ਦਾਤੇ ਮੰਗਾਉਣਿਆ ਕੀਕਰ ਤੂੰ ਦਗੜਾ ਸੀ ਆਪਣੇ ਆਪ ਪਿੰਡਾਂ ਦੀ ਮਿੱਟੀ ਦੀ ਗਾਲ ਵਾਲਾ ਧਿਆਨ ਰੱਖਣਾ ਜਰਾ ਕਮਾ ਛੱਡਦੀ ਨੀ
ਜਿਹੜੀ ਤਾਂ ਯੂਪੀ ਦੇ ਭਈਆ ਰਾਣੀ ਦੇ ਬੋਲ ਕਹਿ ਰਹੇ ਆ ਬੀਬਾ ਅਮਰਜੋਤ ਕਹਿ ਰਹੀ ਆ ਤੇ ਜਿਹੜੇ ਦੇਸੀ ਡਰਾਈਵਰ ਦੇ ਬੋਲ ਕਹਿ ਰਹੇ ਉਹ ਵੀਰੇ ਮੈਂ ਕਹਿ ਰਿਹਾ ਆ ਜਾ ਵੀ ਕਿਰਾ ਭਈਆ ਰਾਣੀ ਖੁਸ਼ ਹੋ ਗਈ ਯਾਰ ਮੇਰੇ ਬਾਰੇ ਰੱਖਣਾ ਚਾਹ ਮੈਂ ਸਿੱਧਾ ਆ ਜਾ Hey!
Yeah.
ਮਾਰ ਕਰਦੇ ਨੇ 10 ਰੁਪਏ ਸਪੈਸ਼ਲ ਮੈਂ ਬਹੁਤ ਧੰਨਵਾਦੀ ਆ ਬੈਗ ਕਰਦੇ ਕਿ ਨਾ ਬਸ ਓ ਯਾਰ ਮੇਰ ਕੇ ਪੰਜ ਤੱਕ ਪਾੜੂ ਨਹੀਂ ਅੱਜ ਰੱਜ ਕੇ ਪੀਣੀ ਦਾਰੂ ਜਦ ਮੈਂ ਤੇਰੇ ਦਰ ਤੇ ਆਇਆ ਜਦ ਮੈਂ ਤੇਰੇ ਦਰ ਤੇ ਆਇਆ ਕਬਰੇ ਕੀ ਕੀ ਚੰਨ ਚੜਾਇਆ ਕਬਰੇ ਕੀ ਕੀ ਚੰਨ ਚੜਾਇਆ ਤੂੰ ਫੁੱਲ ਵਾਂਗ ਮਰਦੀ ਵੀ ਮੇਰੀ ਭੁੱਲ ਚੁੱਕ ਕਰਦੀ ਮਾਂ ਤੁੜੇਰੇ ਹੋ ਵੀ ਗਲਤੀ ਵੀ ਸੋਹਣਿਆ ਵਿਆਹ
دل تا جڑ کہنی سونی نہیں جڑیاں تکتیرا تو دل تا جڑ کہنی سونی نہیں جڑیاں تکتیرا لکھا رانجے مڑ کہنی اتھے رہن پلک دیا ہیرا ہائی سن بخشن ہاری اے نہیں سن بخشن ہاری اے نہیں سو تیری تیگی تیری او جدو پہلی نام پڑھی اینی پپ نکل گی میری جدو پہلی نام پڑھی اینی پپ نکل گئی میری کی جوڑ گریباں دا ماری چڑک سونے مڑ کے ساڈی ککھاں دی کلی تیرے ہاتھ وڈیا گھر نال جڑ کے تار پھر کی سینے پہ تے تا گل ہسدیا ہسدیا کئی سونے ویاہ کروا کے وے چلتا بھی ملتا گلدا رہی ویرے گریبڑی دی اپنے امیر عاشق اگے ایک فریاد دل تے ہتھ رکھ کے نو کہندی ہے لو ویرے ایک ایک بول سن والا تیار کر دے ہاں جڑ کہنی سونی نہیں دنیا تک تیرا لکھا رانجے مڑ کہنی اتھے رہن پلک دیا ہیرا او سن بخشن ہاری اے نہیں سن بخشن ہاری اے نہیں تو تیری تیگی تیری او جدو پہلی لام پڑھی اینی پپ نکل گئی میری جدو پہلی لام پڑھی اینی پپ نکل گئی میری ਮਨ ਕਰਦੇ ਨੇ ਉਹੀ ਲੰਡਨ ਉਹਨੂੰ ਕਹਿੰਦੇ ਇੰਗਲੈਂਡ ਨੂੰ
ਅੱਛਾ ਤੇ ਮਾਰ ਕਰਦੇ ਨੇ ਸਪੈਸ਼ਲ ਮੈਂ ਇੰਗਲੈਂਡ ਵਾਲੇ ਵੀਰਾਂ ਦਾ ਸਾਰਿਆਂ ਦਾ ਬਹੁਤ ਮਸ਼ਹੂਰ ਹੈ ਤਰਵਾਦੀ 10 ਰੁਪਏ ਸਲਾਮ ਉਹਨਾਂ ਨੂੰ ਦੋ ਕੁ ਬੰਦੇ ਫੜੋ ਟੋਪੇ ਤੇ ਪਾਣੀ ਦਿਖਾ ਕੇ ਜਾਓ ਇਹਦਾ ਬਚ ਕੇ ਰਹੋ ਕਈ ਵਾਰੀ ਵੱਢਦਾ ਹੁੰਦਾ ਨੇੜੇ ਬੈਠੇ ਮਤਾ ਕੇ ਰਹੋ ਸਰਦਾਰ ਮਹਿੰਦਰ ਸਿੰਘ ਜੀ ਸਰਪੰਚ ਸਾਹਿਬ 10 ਰੁਪਏ ਸਪੈਸ਼ਲ ਮਾਰ ਕਰਦੇ ਨੇ ਕਿਸ਼ਨਪੁਰੇ ਵੱਲ ਧਿਆਨ ਘੱਟ ਦਿਓ ਨਸਲ ਫੁੱਟੀ ਹੈ ਰਵਾ ਵਿਗੜਿਆ ਹੋਇਆ ਦੂਜੀ ਬੇਨਤੀ ਹੈ ਜਿਹੜੇ ਭਾਜੀ
ਵੀਡੀਓ ਬਣਾ ਰਹੇ ਹੋਣਾ ਕਿ ਵੀ ਸਾਡੀਆਂ ਤਾਂ ਫੋਟੋ ਪਿੱਛੇ ਦੇ ਆ ਜਾਣੇ ਨੇ, ਇਸ ਤਰ੍ਹਾਂ ਹੀ ਹੋਣਾ, ਧਿਆਨ ਰੱਖਿਓ ਸਰੇ ਦੇ ਬੰਦੇ ਗੱਲ ਰੱਖਿਓ। Thank you.
ترجمة
ਗੁਰਤਾਨੀ ਉਹ ਠੰਡੇ ਚੀਤ ਨੂੰ ਤੂੰ ਕਿਉਂ ਵੈਰ ਨੇ ਚਾਰਾ ਦਿੰਦੀ ਗੁਰਤਾਨੀ ਫਿਰ ਤੇਗਲੀ ਅਮਲੀ ਖਾ ਕੇ ਤੋੜਾ ਹੋਏ ਛੁੱਟੋ ਵਾਂਗੁਰ ਰੁੜਦਾਨੀ ਰੁੜਦਾਨੀ ਵੀ ਸ਼ਰਮ ਦੇ ਕੇ ਚਮਕੀਲਾ ਸ਼ਰਮ ਦੇ ਕੇ ਚਮਕੀਲਾ ਕਾਲ ਜਾ ਕੰਬ ਜੂਗਾ ਮੈਂ ਇੱਥੇ ਜਾ ਰਿਹਾ ਸੁਣਦੀ ਹੈ ਮੇਰੀ ਗੱਲ ਹਾਂ ਜੇਤਪੁਰ ਤੋਂ
ਬੰਜਰ ਪਈ ਹੈ, ਜਸਵੀਰ ਸਿੰਘ ਦੀ ਬੰਜਰ ਪਈ ਹੈ, ਅਵਤਾਰ ਸਿੰਘ ਦੀ ਬੰਜਰ ਪਈ ਹੈ, ਮਨਜੀਤ ਸਿੰਘ ਦੀ ਬੰਜਰ ਪਈ ਹੈ, ਸੁਖਦੇਵ ਸਿੰਘ ਜੀ 5 ਰੁਪਏ, ਦਵਿੰਦਰ ਸਿੰਘ ਜੀ ਮਿੱਟੀਆਂ ਤੋਂ 5 ਰੁਪਏ, ਪਾਲ ਸਿੰਘ ਦੀ 5 ਰੁਪਏ, ਅਮਰੀਕ ਸਿੰਘ ਦੀ 5 ਰੁਪਏ, ਜੁਗਿੰਦਰ ਸਿੰਘ ਦੀ 2 ਰੁਪਏ। ਹਾਂਜੀ ਢੀਂਡਸਾ ਸਾਹਿਬ, ਢੀਂਡਸਾ ਸਾਹਿਬ ਰੁਪਏ 5 ਹੈਗੇ ਨੇ ਸਾਹਿਬ, ਹੈਗੇ ਸਾਹਿਬ ਰੁਪਏ 5 ਹੁੰਦੇ ਨੇ ਭਾਅ ਜੀ, ਮੰਨ ਗਿਆ ਤਾਂ ਗੁਜਰਾਤ। ਅਵਤਾਰ ਸਿੰਘ ਜੀ 5 ਰੁਪਏ, ਸੁਖਵੀਰ ਸਿੰਘ ਜੀ 5 ਰੁਪਏ, ਜਰਨੈਲ ਸਿੰਘ ਜੀ 5 ਰੁਪਏ, ਮੱਖਣ ਸਿੰਘ ਜੀ 10 ਰੁਪਏ, ਗੁਰਦੀਪ ਸਿੰਘ ਜੀ ਗੋਪਾ ਰਾਏ ਤੋਂ 10 ਰੁਪਏ, ਮੱਖਣ ਸਿੰਘ ਜੀ 5 ਰੁਪਏ, ਸੁਖਦੇਵ ਸਿੰਘ ਜੀ ਢੀਂਡਸਾ 5 ਰੁਪਏ, ਤਰਨਜੀਤ ਸਿੰਘ ਜੀ 5 ਰੁਪਏ, ਕੇਵਲ ਸਿੰਘ ਜੀ 2 ਰੁਪਏ, ਮਹਿੰਦਰ ਸਿੰਘ ਜੀ 2 ਰੁਪਏ, ਬਖਸ਼ੀਸ਼ ਸਿੰਘ ਜੀ ਸਰਪੰਚ ਸਾਹਿਬ ਜੀ 5 ਰੁਪਏ, ਮਨਜੀਤ ਸਿੰਘ ਜੀ 5 ਰੁਪਏ, ਜਰਨੈਲ ਸਿੰਘ ਜੀ 5 ਰੁਪਏ, ਜਤਿੰਦਰ ਸਿੰਘ ਜੀ 5 ਰੁਪਏ, ਅਵਤਾਰ ਸਿੰਘ ਜੀ 5 ਰੁਪਏ, ਅਵਤਾਰ ਸਿੰਘ ਜੀ ਫਿਰ 10 ਰੁਪਏ, ਮੋਹਨ ਸਿੰਘ ਜੀ ਮਿਸਤਰੀ 5 ਰੁਪਏ, ਤਰਲੋਦਨ ਸਿੰਘ ਜੀ 10 ਰੁਪਏ, ਤਰਸੇਮ ਸਿੰਘ ਜੀ 5 ਰੁਪਏ, ਪਾਲ ਸਿੰਘ ਜੀ 5 ਰੁਪਏ, ਤੇ ਕਰਤਾਰ ਸਿੰਘ ਜੀ ਬਲਾਤੀਆ 10 ਰੁਪਏ, ਮਨਜੀਤ ਸਿੰਘ ਜੀ ਇੰਗਲੈਂਡ ਤੋਂ 5 ਰੁਪਏ, ਗੁਰਜਿੰਦਰ ਸਿੰਘ ਜੀ 5 ਰੁਪਏ, ਮੰਗਤ ਸਿੰਘ ਜੀ 5 ਰੁਪਏ, ਪ੍ਰਕਾਸ਼ ਡਰਾਈਵਰ 5 ਰੁਪਏ, ਜਮਾਦਾਰ ਜੀ 5 ਰੁਪਏ, ਅਵਤਾਰ ਸਿੰਘ ਜੀ ਨੰਗਲ ਤੋਂ 10 ਰੁਪਏ, ਕੁਲਦੀਪ ਸਿੰਘ ਜੀ 5 ਰੁਪਏ, ਸੁਖਵਿੰਦਰ ਸਿੰਘ ਜੀ 5 ਰੁਪਏ, ਬਣਵੀਰ ਸਿੰਘ ਜੀ 5 ਰੁਪਏ, ਤੇ ਕੁਲਵਿੰਦਰ ਸਿੰਘ ਜੀ 5 ਰੁਪਏ ਇੰਗਲੈਂਡ ਤੋਂ। ਇਹ ਸਨ ਜੀ ਮੰਡੀਆਂ ਦੇ ਭਾਅ, ਤੁਸੀਂ ਮੇਰੇ ਕੋਲ ਹੁਣੇ ਸੁਣਿਆ। ਆਲੋ ਜੀ ਕਾਪੀ, ਹੋਰ ਲਿਖੋ, ਮੈਂ ਹੋਰ ਬੋਲਾਂਗਾ। 6 ਰੁਪਏ ਬਾਪੂ ਜੀ ਦੇ ਗਿਆ, ਸ਼ੁਕਰੀਆ। ਹਾਂਜੀ ਠੀਕ ਹੈ, ਲਓ ਮਾਜੀ ਫਿਰ ਤਾੜੀ ਮਾਰ ਦਿਓ, ਤਾੜੀ ਮਾਰ ਦਿਓ, ਸ਼ਾਬਾਸ਼ ਬਾਪੂ। ਕਿਵੇਂ ਹੈ ਬੱਲੇ ਫੁਕੜਾ? ਲੋ ਬੇਨਤੀ ਹੈ ਵੀ ਜਿੰਨੇ ਮਗਰ ਕਲਾਕਾਰ ਬੈਠੇ ਆ, ਸਾਰੇ ਰੇਡੀਓ ਕਲਾਕਾਰ ਨੇ, ਟੀਵੀ ਕਲਾਕਾਰ ਨੇ, ਫਿਲਮੀ ਕਲਾਕਾਰ ਨੇ, ਮੈਂ ਕਿਸੇ ਨਾਲ ਘੱਟ ਨਹੀਂ, ਮੈਂ ਟੇਪ ਰਿਕਾਰਡ ਕਲਾਕਾਰ ਹਾਂ। ਰਿਕਾਰਡ ਇਹਨਾਂ ਦੇ ਬੜਿਆ, ਰਿਕਾਰਡ ਮੇਰੇ ਵੀ ਬੜਿਆ, ਥੋੜਾ ਜਿਹਾ ਫਰਕ ਹੈ, ਮੇਰੇ ਰਿਕਾਰਡ ਥੋੜੇ ਜਿਹੇ ਮੋਟੇ ਹੈ। ਇਹ ਮਸ਼ੀਨਾਂ ਭਾਰ ਨਹੀਂ ਚੱਕਦੀਆਂ, ਉਹ ਚੱਲਦੇ ਨੇ ਆਟਾ ਪੀਣ ਵਾਲੀਆਂ ਚੱਕੀਆਂ ਤੇ। ਤੁਹਾਡੀ ਸੇਵਾ ਜਿਹੜਾ ਮੈਂ ਰਿਕਾਰਡ ਪੇਸ਼ ਕਰਨ ਲੱਗਾ, ਇਹ ਮੇਰਾ 8 ਗੰਨ ਦਾ ਮੇਰਾ ਰਿਕਾਰਡ, ਅਗਲੇ ਮਹੀਨੇ ਦੀ 9 ਤਰੀਕ ਨੂੰ HMB ਕੰਪਨੀ ਵਿੱਚੋਂ ਸਾਰੀਆਂ ਦੁਕਾਨਾਂ ਉੱਤੇ ਸਾਰਿਆਂ ਸਪੀਕਰਾਂ ਵਾਲਿਆਂ ਕੋਲ ਮੇਰਾ ਰਿਕਾਰਡ ਆਉਣ ਦੀ ਕੋਈ ਸੰਭਾਵਨਾ ਨਹੀਂ। ਦਾਦੇ ਪਹਿਲਾਂ ਚੰਗਾ ਹੁੰਦਾ ਲੱਭੀ ਜਾ ਕੇ ਚਲੋ ਜੀ ਕੋਈ ਗਲਤੀ ਹੋ ਗਈ ਵੇ। ਆਵਾਜ਼ ਚੁੱਕੀ ਆ ਰਹੀ ਕੋਈ ਕੋਈ ਕੀ ਕਹਿਣਾ ਸਰ? ਟੇਪ ਦੀ ਆ ਰਹੀ ਹੈ, ਟੇਪ ਦੀ ਆ ਰਹੀ ਹੈ।
ਮੈਂ ਕਿਹਾ ਹਾਂਜੀ ਦੱਸੋ ਜੀ। ਮੈਨੂੰ ਕਹਿੰਦੀ ਮੈਨੂੰ ਫਿਲਮ ਵਿਖਾ ਕੇ ਲਿਆਓ। ਮੈਂ ਚਲੋ ਜੀ ਵੇਖ ਆਉਂਦੇ ਹਾਂ ਜੀ, ਮੈਂ ਤੇ ਮੇਰੀ ਘਰਵਾਲੀ ਅਸੀਂ ਚਲ ਕੇ ਵੇਖਣ ਵਾਸਤੇ ਫਿਲਮ ਜਾ ਕੇ ਬੈਠ ਗਏ। ਉਹ 'ਚ ਇੱਕ ਸੀਨ ਆਉਂਦਾ ਅਮਿਤਾਭ ਤੇ ਹੇਮਾ ਦਾ। ਅਮਿਤਾਭ ਅਜੇ ਲੰਮਾ ਪਿਆ ਹੁੰਦਾ, ਹੇਮਾ ਨੂੰ ਕਹਿੰਦਾ ਹੇਮਾ, ਕਹਿੰਦੀ ਜੀ ਹਾਂ, ਕਹਿੰਦਾ ਆਇਆ। ਉਹ ਕਹਿੰਦੀ ਆ ਗਈ, ਕਹਿੰਦਾ ਮੇਰੇ ਕੋਲ ਬਹਿ ਜਾਓ। ਕਹਿੰਦੀ ਬਹਿ ਗਈ। ਉਹ ਕਹਿੰਦਾ ਅਗਰ ਹੇਮਾ ਮੇਰੀਆਂ ਅੱਖਾਂ 'ਚ ਅੱਖਾਂ ਪਾ। ਹੇਮਾ ਕਹਿੰਦੀ ਜੀ ਪਾਤੀਆਂ। ਕਹਿੰਦਾ ਦੇਖ ਹੇਮਾ ਮੇਰੀ ਅੱਖੋਂ ਮੈਂ ਕਿਹਾ ਹੈ। ਹੇਮਾ ਕਹਿੰਦੀ ਤੁਹਾਡੀਆਂ ਅੱਖੋਂ ਮੈਂ। ਉਹ ਕਹਿੰਦੀ ਤੁਹਾਡੀਆਂ ਅੱਖੋਂ ਮੈਂ ਹਿਮਾਲਿਆ ਪਹਾੜ ਕੀ ਚੋਟੀਆਂ, ਹਰਿਆਲੀਆਂ, ਗੁਲਾਬ ਦੇ ਫੁੱਲ। ਮੈਂ ਕਿਹਾ ਘਰ ਵਾਲੀ ਹੈ? ਕਹਿੰਦੀ ਹਾਂ। ਮੈਂ ਕਿਹਾ ਸੀਨ ਯਾਦ ਕਰ ਲੈ, ਘਰੇ ਜਾ ਕੇ ਕਰਾਂਗੇ। ਕਹਿੰਦੀ ਚੰਗਾ ਜੀ। ਮੈਂ ਸ਼ਾਮ ਨੂੰ ਆ ਗਿਆ, ਮੈਂ ਨਹਾ ਧੋ ਕੇ ਲੰਮਾ ਪੈ ਗਿਆ। ਮੈਂ ਕਿਹਾ ਘਰ ਵਾਲੀ ਹੈ? ਕਹਿੰਦੀ ਹਾਂ। ਮੈਂ ਕਿਹਾ ਆਜਾ। ਕਹਿੰਦੀ ਆ ਗਈ। ਮੈਂ ਕਿਹਾ ਮੇਰੇ ਕੋਲ ਬਹਿ ਜਾ। ਕਹਿੰਦੀ ਬਹਿ ਗਈ। ਮੈਂ ਕਿਹਾ ਕਰ ਹੁਣ ਤੂੰ ਮੇਰੀਆਂ ਅੱਖਾਂ 'ਚ ਅੱਖਾਂ ਪਾ। ਕਹਿੰਦੀ ਜੀ ਪਾਤੀਆਂ। ਮੈਂ ਕਿਹਾ ਹੁਣ ਦੱਸ ਮੇਰੀਆਂ ਅੱਖਾਂ 'ਚ ਕੀ? ਤੁਹਾਡੀਆਂ ਅੱਖਾਂ 'ਚ? ਮੈਂ ਕਿਹਾ ਆਹੋ। ਮੈਂ ਕਿਹਾ ਮੇਰੀਆਂ ਅੱਖਾਂ 'ਚ ਕੀ ਹੈ? ਮੈਨੂੰ ਕਹਿੰਦੀ ਤੁਹਾਡੀਆਂ ਅੱਖਾਂ 'ਚ ਨਾ, ਤੁਹਾਡੀਆਂ ਅੱਖਾਂ 'ਚ ਗਿੱਟ ਹੈ। ਮੈਂ ਕਿਹਾ ਤੁਹਾਡੇ ਮੁੱਦੇ ਦਾ ਉਹਨੇ ਮੇਰੀ ਬੇਇੱਜ਼ਤੀ ਕਰਦੀ। ਲਓ ਹੁਣ ਤੁਹਾਡੀ ਸੇਵਾ ਲੈ ਕੇ ਨਹੀਂ ਆਟਮ ਅਜੀਤ ਗਿੱਲ ਜੀ ਆਓ ਜੀ। ਸਾਰੇ ਦੋਸਤੋ ਆਪਦੀ ਸੇਵਾ 'ਚ। ਮੈਂ ਆਪਣਾ ਗੀਤ ਲਿਖਿਆ ਹੈ, ਬਹੁਤ ਜਲਦ ਆ ਰਿਹਾ ਰਿਕਾਰਡ। ਹੋ ਸਕਦਾ ਤੁਸੀਂ ਕਿਸੇ ਦੀ ਆਵਾਜ਼ 'ਚ ਸੁਣਿਆ ਵੀ ਹੋਵੇ। ਬਹੁਤ ਸਾਰੇ ਕਲਾਕਾਰ ਇਸ ਮੇਰੇ ਲਿਖੇ ਗੀਤ ਨੂੰ ਗਾਉਂਦੇ ਨੇ, ਆਪਦੀ ਸੇਵਾ 'ਚ ਹਾਜ਼ਰ ਕਰ ਰਹੇ ਹਨ। ਮਾਹੌਲ ਬਹੁਤ ਅੱਛਾ ਹੈ, ਮਹਿਮਾਨ ਬਹੁਤ ਪਿਆਰੇ ਨੇ। ਗੀਤ ਤੋਂ ਪਹਿਲਾਂ ਇੱਕ ਦੋ ਸ਼ੇਰ ਨੇ, ਬੜੇ ਪਿਆਰੇ ਸ਼ੇਰ। ਜਾਬਦਾ ਸੀ ਗਿੱਧੇ ਵਿੱਚ ਦਾਰੂ ਨੱਚਦਾ, ਜਾਬਦਾ ਸੀ ਗਿੱਧੇ ਵਿੱਚ ਦਾਰੂ ਨੱਚ।
ਚੜੀਏ ਐਵੇਂ ਨੀ ਲਾਉਣੇ ਨੀ ਤਾਈ ਬਣ ਜਾਈ ਤਾਂ ਸੱਜਣਾ
ਕਿੰਨੀ ਵਾਰ ਤਾਂ ਮੂਰੀ ਖਿੱਚੀ ਹੁੰਦੀ ਆ। ਐ ਲਓ ਵੀਰੇ ਸੁਣਨਾ, ਹੱਸ ਜਾ ਵੀਰੇ, ਗੁੱਸਾ ਨਹੀਂ ਕਰਨਾ। ਸਹੁਰੇ ਨਾਲ ਯਾਰੀ ਮਾੜੀ ਹੈ ਜਵਾਈ ਦੀ, ਆਪਣੇ ਵੀਰੇ ਵੱਡੇ ਵਡੇਰੀ ਕਹਿ ਗਏ ਜਿਵੇਂ ਹਾਣੀ ਨੂੰ ਹਾਰ ਪਿਆਰਾ ਕਹਿ ਗਿਆ ਵੀ ਯਾਰੀ ਵੀ ਆਪਣੇ ਹਾਰ ਪ੍ਰਮਾਣ ਨਾਲ ਫਬਦੀ ਹੈ ਬਾਈ ਜੀ, ਜਿੱਥੇ ਬੰਦਾ ਬੈਠ ਕੇ ਆਪਣਾ ਦੁੱਖ ਸੁੱਖ ਫੋਲ ਲਵੇ। ਉਹਨਾਂ ਕੋਈ ਕੁੰਡੀ ਖੋਲ ਲਏ ਆ, ਦੋਨੇ ਜਾਣੇ ਬੈਠੇ ਆ ਲਾਈਨ 'ਚ ਬੈਠੇ ਆ ਪੂਰੇ। ਲਓ ਵੀਰੇ ਸੁਣਨਾ, ਸਹੁਰੇ ਨਾਲ ਯਾਰੀ ਮਾੜੀ ਹੈ ਜਵਾਈ ਦੀ, ਅੱਜ ਕੱਲ੍ਹ ਜ਼ਮਾਨਾ ਉਲਟ ਹੋ ਗਿਆ, ਜਿਹੜਾ ਤੋਕੜ ਮਾਲਾ ਨਾ ਬਾਹਲਾ ਕੁਛ। ਸਹੁਰੇ ਨਾਲ ਯਾਰੀ ਮਾੜੀ ਹੈ ਜਵਾਈ ਦੀ, ਨੂੰਹ ਕੋਲੇ ਮੰਜੀ ਵੀ ਕਦੇ ਨੀ ਡਾਈ ਦੀ, ਮਿੱਤਰ ਪਹਾੜ ਬਣ ਜਾਂਦਾ ਰਾਈ ਦਾ, ਸੱਜਣਾ ਦੇ ਨਾਲ ਧੋਖਾ ਕਮਾਈ ਦਾ, ਮਿੱਤਰਾਂ ਦੇ ਨਾਲ ਧੋਖਾ ਕਮਾਈ ਦਾ, ਸੋਹਣਿਆਂ ਦੇ ਨਾਲ ਧੋਖਾ ਨਹੀਂ ਕਮਾਈ ਦਾ।
ਚੰਗੀ ਲੱਗੀ ਫਿਰ ਤਾਂ ਮਾੜੀ ਜੀ ਤਾੜੀ ਮਾਰ ਦੇ, ਨਾ ਚੰਗੀ ਲੱਗੀ ਤਾਂ ਰਹਿਣ ਦੂ। ਅਗਲੇ ਬੋਲਾਂ ਵੱਲ ਧਿਆਨ ਰੱਖਣਾ ਜਰਾ, ਹਾਜ਼ਰ ਹੱਬੇ ਲੱਜੇ ਤਾਈ ਇੱਜ਼ਤ ਕੀ ਇੱਕ ਲਾਭ ਦੇ ਦੂਜਾ ਪਾਵੇ, ਹੱਬੇ ਲੱਜੇ ਤਾਈ ਇੱਜ਼ਤ ਕੀ ਇੱਕ ਲਾਭ ਦੇ ਦੂਜਾ ਪਾਵੇ, ਉਹ ਮਰਜੇ ਬੰਦਾ ਰੱਬ ਕਰਕੇ ਜਿਹੜਾ ਰੰਨ ਦੀ ਕਮਾਈ ਖਾਵੇ। ਮਿਹਰਬਾਨੀ ਵੀਰੇ, ਜਾਉਂਦੇ ਰਹੋ, ਸ਼ੁਕਰੀਆ। ਬੇ ਲੱਜੇ ਤਾਈ ਇੱਜ਼ਤ ਕੀ ਇੱਕ ਲਾਭ ਤੇ ਦੂਜਾ ਪਾਵੇ, ਉਹ ਮਰ ਜੇ ਬੰਦਾ ਰੱਬ ਕਰਕੇ ਜਿਹੜਾ ਮਾਰੀ ਰੰਨ ਦੀ ਕਮਾਈ ਖਾਵੇ। ਇੱਕ ਆਵੇ ਤੇ ਇੱਕ ਜਾਵੇ, ਬੇਟੇ ਮੁੱਤੇ ਦੇ ਚੰਬੜ ਵਾਲੀ ਲਵੇ ਬੜੀ ਤਕੜੀ ਐਟਮ ਹੈ, ਬੜੇ ਵਧੀਆ ਬੋਲੇ ਨਾ, ਧਿਆਨ ਰੱਖਣਾ ਜਰਾ। ਉਹ ਮਰ ਜੇ ਬੰਦਾ ਰੱਬ ਕਰਕੇ ਜਿਹੜਾ ਬੁਰੀ ਤੀਵੀਂ ਦੀ ਕਮਾਈ ਖਾਵੇ, ਨਾ ਧਿਆਨ ਰੱਖਣਾ ਜਰਾ। ਪਾਜੀ
ਦੋਸਤਾਂ ਦੀ ਹੀਰ ਦੀ ਫਰਮਾਇਸ਼ ਸੀਗੀ ਉਹਨਾਂ ਅੱਗੇ ਬੇਨਤੀ ਆ ਉਹ ਸੁਣ ਲੈਣ ਫਿਰ ਮੈਨੂੰ ਦੁਬਾਰਾ ਮਜਬੂਰ ਨਾ ਕਰਨ ਬੇਨਤੀ ਆ ਹੀਰ ਵਾਲੇ ਹੀਰ ਵਾਲੇ ਮੇਰੇ ਹੱਥ ਕਿੱਦਾਂ ਬੋਲ ਮੇਰੇ ਹੱਥ ਕਿੱਦਾਂ ਬੋਲ ਮੇਰੇ ਦਿਲ ਵਾਲੀ
ਮੈਨੂੰ ਰੜੇ ਬੱਲੀਏ ਚੱਕ ਤੂੰ ਘੜੇ ਤੇ ਉੱਤੋਂ ਕੌਲਾ ਕਰੇਗੀ ਹੱਥ ਖੜੇ ਬੱਲੀਏ ਚੱਕ ਤੂੰ ਘੜੇ ਤੇ ਉੱਤੋਂ ਕੌਲਾ ਕਰੇਗੀ ਹੱਥ ਖੜੇ ਬੱਲੀਏ ਚੱਕ ਤਾਰੇ ਹਾਵ ਮੈਂ ਸਿਖਰ
ਫਲੀਏ ਮਾਰ ਤੇ ਖਾਵਤੀ ਪੈਰ ਤੇਣੀਏ ਤੇਲ ਸਾਂਬਰ ਤੇ ਬਾਵਤੀ Thank you.
ਮਖਾਰੇ ਮਖਾਰੇ ਲੂਣਾ ਭਰੇ ਮਖਾਰੇ ਮਾਰ ਕੇ ਅੱਜ ਮਕੀਲਾ ਹੋਰ ਜਾਦੂ ਕਿਤਾਲੀਏ ਜਾਣੇ ਤੂੰ ਕਿਤਾਲੇ ਦੀਏ ਜਾਣੇ ਐ ਬੇਬੇ ਨੂੰ ਵੰਡ ਦੇਵੇ ਐ ਕੁੜੀ ਆਪਣੀ ਨੂੰ ਵੰਡ ਦੇਵੇ ਨੀ ਕੁੜੀ ਘਰ ਘਰ ਭੱਜ ਪਰ ਤੇਰੀ ਨੀ ਹੁਣ ਕੰਡਮ ਹੋਊਗੀ ਭੈਣ ਚਾਲੀਏ ਤੇਰੀ ਨੀ ਹੁਣ ਬਾਹਰ ਦਰੇ ਦਾ ਭੈਣ ਚਾਲੀਏ ਤੇਰੀ ਨੀ ਹੁਣ ਕੰਡਮ ਹੋਊਗੀ ਫਰਮਾਇਸ਼ ਸੀਗੀ ਸਾਡੇ ਘਰ ਵਾਲਿਆਂ ਦੀ ਤੇ ਹੁਣ ਮੈਂ ਆਪਣੀ ਮਰਜ਼ੀ ਨਾਲ ਤੁਹਾਡੀ ਸੇਵਾ ਚ ਇੱਕ ਆਈਟਮ ਹਾਜ਼ਰ ਕਰਨ ਲੱਗਿਆ ਨਵੀਂ ਉਦੋਂ ਬਾਅਦ ਸੋਚ ਰਿਹਾ ਕੀ ਕਰਨਾ ਹੈ ਆ ਜਾ ਕਿਤੇ ਵਿੱਚ ਜਾਓ ਨਾਲ ਨੱਚ ਬਾਬੀਏ ਨੀ ਤੂੰ ਕਿਤੇ ਵਿੱਚ ਕਿਤੇ ਵਿੱਚ ਜਾਓ
And if outsiders poke fun at this sort of thing, they don't care. There are 700 believers here, and they're convinced that they can't all be wrong. What our experiments have shown us is that plants are not objects. They are not things which do not react. They show sensitivity, and you could almost say even intelligence to what's happening around them. Cover-up taking place about an ancient civilization on Mars. We've got some incredible evidence, and we'll see if we can do some telepathy here in the studio in just a moment. Will you be spending summer trying to get the sand off your toffee apple? Or are you thirsty for more? Like going on location with MTV. Oh, wow! There are over 3 million prizes to be won with Coca-Cola and Diet Coke this summer. Gone! Thirst for it! Hold on to your ring pulls and bottle tops. You could be a winner when you thirst for it. Tough on perspiration, but easy on your skin. New Vaseline Antiperspirant is for men who are easily irritated.
I remember the first time I used my Olympus Mew. It was at the so-called Fashion for Peace show. Peace. More like World War III. Corolla ever. When shine is born at the roots, you can see it with your eyes closed. New Formula Organics at the root of beautiful hair. The average cow passes enough wind in a week to inflate a hot air balloon. 88% of clowns never fall in love. Percent of strippers had a convent education. Every year, over 300 animals escape from zoos and circuses. Oh, 98% of Man United fans have never been to Old Trafford.